ਪਹਿਲਾਂ ਤੇ ਬਹੁਤ ਬਹੁਤ ਕਰਮਨਪ੍ਰੀਤ ਮੁਬਾਰਕਾਂ ਤੁਹਾਨੂੰ। ਬਹੁਤ ਕਹਿ ਸਕਦੇ ਹਾਂ ਕਿ ਸ਼ਾਨਦਾਰ ਨਤੀਜੇ ਔਰ ਮਾਤਾ ਪਿਤਾ ਦੇ ਵਾਸਤੇ ਇੱਕ ਫਖਰ ਵਾਲੀ ਗੱਲ ਜਿਹੜੀ ਹੈਗੀ ਅੱਜ ਉਹਨਾਂ ਨੂੰ ਮਹਿਸੂਸ ਹੋ ਰਹੀ ਹੋਊਗੀ, ਤੁਸੀਂ ਆਪਣੇ ਤੌਰ ਦੇ ਉੱਤੇ ਇਹਨੂੰ ਕਿੱਦਾਂ ਦੇਖਦੇ? ਸਭ ਪਹਿਲੀ ਗੱਲ ਥੈਂਕ ਯੂ, ਤੇ ਵਾਕਿਆ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਆ, ਤੇ ਮੈਨੂੰ ਲੱਗਦਾ ਬਹੁਤ ਅੱਜ ਖੁਸ਼ ਹੋਣਗੇ ਸਾਰੇ ਜਾਣੇ, ਤੇ ਮੈਂ ਵੀ ਬਹੁਤ ਖੁਸ਼ ਹਾਂ। ਹਾਂਜੀ, ਕਿੰਨੀ ਕੁ ਮਿਹਨਤ ਹੈਗੀ ਆ ਇਸ ਦੇ ਵਿੱਚ, ਜਿੱਦਾਂ ਸਟਾਫ ਦੀ ਕਹਿ ਦਈਏ, ਸਕੂਲ ਸਟਾਫ ਦੀ, ਆਪਣੇ ਤੌਰ ਦੇ ਉੱਤੇ ਮਾਤਾ ਪਿਤਾ ਦਾ ਸਹਿਯੋਗ ਕਿੰਨਾ ਕੁ ਹੈਗਾ? ਮੇਰੇ ਖਿਆਲ ਨਾਲ ਸਾਰਾ ਕ੍ਰੈਡਿਟ ਹੀ ਇਹਨਾਂ ਨੂੰ ਜਾਂਦਾ ਆ, ਬਹੁਤ ਮਿਹਨਤੀ ਸਟਾਫ ਆ ਸਾਡੇ ਸਕੂਲ ਦਾ, ਤੇ ਪੇਰੈਂਟਸ ਨੇ ਵੀ ਪੂਰੀ ਸਪੋਰਟ ਕੀਤੀ ਆ, ਇਸ ਕਰਕੇ ਉਹਨਾਂ ਦੀ ਬਦੌਲਤ ਮੈਨੂੰ ਇਹ ਪੋਜੀਸ਼ਨ ਹਾਸਲ ਹੋਈ ਆ। ਖੁਸ਼ ਹੋ ਇਸ ਪੋਜੀਸ਼ਨ ਦੇ ਉੱਤੇ? ਹਾਂਜੀ ਸਰ, ਪੂਰੇ ਖੁਸ਼ ਹੋ? ਹਾਂਜੀ। ਮਾਤਾ ਪਿਤਾ ਨੂੰ ਅੱਜ ਫਿਰ ਫੋਨ ਗਿਆ ਜਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਇਹਦੇ ਬਾਰੇ? ਮੈਨੂੰ ਸਾਡੇ ਸਕੂਲ ਦੇ ਪ੍ਰਿੰਸੀਪਲ ਬਲਕਾਰ ਸਰ ਨੇ ਇਹ ਗੱਲ ਬਾਰੇ ਦੱਸਿਆ, ਤੇ ਉਹ ਵੀ ਬਹੁਤ ਖੁਸ਼ ਸੀਗੇ ਤੇ ਮੈਂ ਵੀ ਬਹੁਤ ਖੁਸ਼ ਹਾਂ। ਫਿਰ ਉਹ ਸਪੋਰਟ ਜਿਹੜਾ ਸੀਗਾ ਜਾਂ ਉਹ ਸਮਾਂ ਸਾਹਿਬ ਜਿਹੜਾ ਸੀਗਾ, ਖੁਸ਼ੀ ਅਲੱਗ ਜਿਹੜੀ ਮੰਨਦੀ ਹੈ? ਹਾਂਜੀ ਸਰ। ਮਤਲਬ ਕੀ ਟੀਚਾ ਹੈਗਾ ਤੁਹਾਡਾ, ਜਿਹੜਾ ਭਵਿੱਖ ਦੇ ਵਿੱਚ ਜਿਹੜਾ ਤੁਸੀਂ ਸੋਚਦੇ ਹੋ ਕਿ ਮੈਂ ਜ਼ਿੰਦਗੀ ਦੇ ਵਿੱਚ ਆ ਕੋਈ ਟੀਚਾ ਹੁੰਦਾ ਵਾ, ਸੁਪਨਾ ਹੁੰਦਾ ਕੋਈ ਇਸ ਮਿਹਨਤ ਦੇ ਅੱਗੇ, ਇਸ ਪੜ੍ਹਾਈ ਨੂੰ ਜਦੋਂ ਤੁਸੀਂ ਬਿਲਕੁਲ ਆਪਣੀ ਮਿਹਨਤ ਕਰਦੇ ਹੋ, ਇੰਨੀ ਮਿਹਨਤ ਦੇ ਨਾਲ ਸ਼ਿੱਦਤ ਦੇ ਨਾਲ ਪੜ੍ਹਦੇ ਹੋ, ਪੜ੍ਹਾਈ ਕਰਦੇ ਹੋ, ਤੇ ਕੋਈ ਨਾ ਕੋਈ ਬੱਚੇ ਦਾ ਸੁਪਨਾ ਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਆਹ ਮੁਕਾਮ ਜਿਹੜਾ ਹੈਗਾ ਉਹ ਹਾਸਿਲ ਕਰਨਾ, ਤੁਹਾਡਾ ਜੇਕਰ ਤੁਹਾਡੀ ਗੱਲ ਕਰਾਂ ਤਾਂ ਕੀ ਸੋਚਦੇ? ਸਰ ਮੇਰਾ, ਮੈਂ ਮਤਲਬ ਇੱਕ ਪੁਲਿਸ ਆਫਿਸਰ ਬਣਨਾ ਚਾਹੁੰਦੀ ਹਾਂ, ਇੱਕ ਚੰਗੀ ਮਤਲਬ ਆਪਣਾ ਜੋ ਵੀ ਕੰਟਰੀਬਿਊਟ ਹੋ ਸਕੇ ਸੋਸਾਇਟੀ ਨੂੰ ਦੇਣਾ ਚਾਹੁੰਦੀ ਹਾਂ। ਹਾਂਜੀ, ਕੁਛ ਕਹਿਣਾ ਚਾਹੋਗੇ ਸਮਾਜ ਦੇ ਵਿੱਚ ਧੀਆਂ ਨੇ ਅੱਜ ਕਹਿ ਸਕਦੇ ਹਾਂ ਕਿ ਸਾਰੇ ਹੀ ਮਾਪਿਆਂ ਦਾ ਮਾਣ ਬਹੁਤ ਜ਼ਿਆਦਾ ਵਧਾਇਆ ਹੈਗਾ, ਤਿੰਨੇ ਦਰਜੇ ਜਿਹੜੇ ਮੁੱਖ ਹੈਗੇ ਆ ਇਸ ਰਿਜ਼ਲਟ ਦੇ ਵਿੱਚ, ਤਿੰਨੇ ਜਗ੍ਹਾ ਦੇ ਉੱਤੇ ਧੀਆਂ ਨੇ ਜਿਹੜਾ ਹੈਗਾ ਪਹਿਲੀ, ਦੂਜੀ ਅਤੇ ਤੀਜੀ ਪੋਜੀਸ਼ਨ ਹਾਸਲ ਕੀਤੀ ਹੈਗੀ। ਸੋ ਕੀ ਸੁਨੇਹਾ ਜਿਹੜਾ ਹੈਗਾ ਵਾ ਜਿਹੜੀਆਂ ਬੱਚੀਆਂ ਪੜ੍ਹ ਰਹੀਆਂ ਨੇ ਉਹਨਾਂ ਨੂੰ ਦੇਣਾ ਚਾਹੋਗੇ ਤੁਸੀਂ? ਜੇਕਰ ਮਿਹਨਤ ਕੀਤੀ ਜਾਵੇ ਤਾਂ ਕੋਈ ਵੀ ਮੁਕਾਮ ਇਨਸਾਨ ਜਿਹੜਾ ਹਾਸਿਲ ਕਰ ਸਕਦਾ, ਇਸ ਕਰਕੇ ਕੁੜੀਆਂ ਨੂੰ ਪੂਰੀ ਮਿਹਨਤ ਕਰਨੀ ਚਾਹੀਦੀ ਆ, ਤੇ ਅੱਜ ਆਪਾਂ ਵੇਖਦੇ ਹਾਂ ਕਿ ਹਰ ਪਾਸੇ ਕੁੜੀਆਂ ਬਹੁਤ ਅੱਗੇ ਜਾ ਰਹੀਆਂ ਹਨ, ਸੋ ਜਦੋਂ ਮਿਹਨਤ ਕਰਾਂਗੇ ਤੇ ਆਪਣੇ ਆਪ ਨੂੰ ਸਫਲਤਾ ਜ਼ਰੂਰ ਮਿਲਦੀ ਹੈ। ਕਹਿੰਦੇ ਧੀਆਂ ਦੇ ਨਾਲ ਨਾ ਪਿਤਾ ਦਾ ਬੇਹੱਦ ਪਿਆਰ ਹੁੰਦਾ, ਬੇਟੀ ਤੋਂ ਪਹਿਲਾਂ ਬੇਟੀ ਦੇ ਨਾਲ ਪਿਆਰ ਹੁੰਦਾ ਹੈਗਾ, ਤਾਂ ਪਹਿਲਾਂ ਜਗਰੂਪ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੈਗੀ ਇਸ ਖਾਸ ਦਿਨ ਦੀ, ਬੇਟੀ ਦੀ ਇਸ ਅਚੀਵਮੈਂਟ ਦੀ। ਕੀ ਕੰਮ ਕਾਰ ਕਰਦੇ ਹੋ? ਸਰ ਮੈਂ ਖੇਤੀ ਕਰਦਾ, ਮੇਰੇ ਕੋਲ 4 ਕਿੱਲਿਆਂ ਦੀ ਖੇਤੀ ਹੈ, 1-2 ਕਿੱਲੇ ਮੈਂ ਨਾਲ ਠੇਕੇ ਦੇ ਲੈ ਕੇ, ਕੁਛ ਮੈਂ ਆਪਣੇ ਪਸ਼ੂ ਰੱਖੇ ਆ, ਉਹਦੇ ਨਾਲ ਫਿਰ ਸਾਰਾ ਘਰ ਦਾ ਜੋ ਕੰਮ ਹੈ ਚੱਲਦਾ। ਅੱਜ ਜਿਹੜਾ ਹੈਗਾ ਇਸ ਬਾਰੇ ਜਦੋਂ ਜਾਣਕਾਰੀ ਮਿਲੀ ਹੈਗੀ ਹੈ, ਕਿੱਦਾਂ ਦਾ ਮਹਿਸੂਸ ਪਹਿਲਾਂ ਤੇ? ਸਰ ਪਹਿਲਾਂ ਤੇ ਪ੍ਰਿੰਸੀਪਲ ਸਰ ਦਾ ਫੋਨ ਆਇਆ ਤੇ ਮੈਂ ਤੇ ਡਰ ਗਿਆ, ਮੈਨੂੰ ਰਿਜ਼ਲਟ ਦਾ ਖਿਆਲ ਹੀ ਨਹੀਂ। ਉਹ ਕਈ ਵਾਰ ਨੇ ਬੱਚੇ ਸਕੂਲੇ ਬਿਮਾਰ ਹੋ ਜਾਂਦੇ ਤੇ ਮੈਂ ਡਰ ਗਿਆ ਵੀ ਸ਼ਾਇਦ ਇਹਨਾਂ ਦੀ ਕੋਈ ਪ੍ਰੋਬਲਮ ਆ ਗਈ, ਪਰ ਜਦੋਂ ਸਰ ਨੇ ਦੱਸਿਆ ਤੇ ਮੈਂ ਇੱਕਦਮ ਜਿਵੇਂ ਬੰਦਾ ਹੈਂਗ ਨਹੀਂ ਹੋ ਜਾਂਦਾ, ਮੈਨੂੰ ਕਿੰਨਾ ਚਿਰ ਕਿਸੇ ਗੱਲ ਦਾ ਪਤਾ ਨਹੀਂ ਲੱਗਾ। ਉਹ ਮੈਂ ਕਣਕ ਦਾ ਡਿਆ ਸਾਂ ਕੰਮ ਕਰਨ, ਕਣਕ ਵੱਢਣੀ ਸੀ ਤੇ ਉਹ ਸਰ ਕੀ ਸਰ ਕਹਿੰਦੇ ਵੀ ਹੁਣੇ ਆਓ, ਇਹਨਾਂ ਮੈਨੂੰ ਨਹਾਉਣ ਵੀ ਨਹੀਂ ਦਿੱਤਾ, ਉਦੋਂ ਆ ਗਿਆ। ਹਾਂਜੀ, ਥੋੜ੍ਹਾ ਜਲਦੀ ਬਹੁਤ ਵਧੀਆ। ਇਹਦੇ ਵਿੱਚ ਮੈਂ ਜਿੰਨਾ ਕ੍ਰੈਡਿਟ ਦੇਣਾ ਚਾਹੁੰਦਾ ਆਪਣੀ ਬੱਚੀ ਨੂੰ ਤੇ ਸਟਾਫ ਨੂੰ ਦੇਣਾ ਚਾਹੁੰਦਾ, ਮੈਂ ਅਜੇ ਤੱਕ ਬੱਚੀ ਦਾ ਹੋਮਵਰਕ ਵੀ ਕਦੇ ਚੈੱਕ ਨਹੀਂ ਕੀਤਾ, ਮਤਲਬ ਇੱਕ ਮੈਂ ਫੀਸਾਂ ਤਾਰਨਾ ਹੀ ਵਾਸਤਾ ਆ, ਜੋ ਵੀ ਇਹਦੇ 'ਚ ਕ੍ਰੈਡਿਟ ਆ ਮੇਰੀ ਬੱਚੀ ਦਾ ਅਤੇ ਸਟਾਫ ਦੀ ਮਿਹਨਤ। ਹਾਂਜੀ ਸਰ, ਕਿੱਦਾਂ ਦਾ ਅੱਜ ਜਿਹੜਾ ਹੈਗਾ ਆਪਣੇ ਤੌਰ ਦੇ ਉੱਤੇ ਕ੍ਰੈਡਿਟ ਤਾਂ ਬਿਲਕੁਲ ਹੈ ਕਿ ਬੇਟੀ ਦਾ ਹੈਗਾ ਔਰ ਸਟਾਫ ਦਾ ਹੈਗਾ, ਆਪਣੇ ਤੌਰ ਦੇ ਉੱਤੇ ਕਿੱਦਾਂ ਦਾ ਮਹਿਸੂਸ ਕਰ ਰਹੇ? ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ, ਬੱਚੀ ਨੇ ਮਿਹਨਤ ਬਹੁਤ ਕੀਤੀ, ਇਹ ਰਾਤ 10 ਵਜੇ ਤੱਕ ਪੜ੍ਹਦੀ ਸੀ ਸਕੂਲੋਂ ਆਉਣਾ, ਮੈਂ ਉਹਨੂੰ ਕਹਿਣਾ ਬੇਟਾ ਥੋੜ੍ਹਾ ਰਿਲੈਕਸ ਹੋ ਜਾ ਸੌ ਜਾ, ਪਰ ਉਹਦਾ ਮੈਨੂੰ ਅੱਜ ਪਤਾ ਲੱਗਾ। ਹਾਂਜੀ, ਮਤਲਬ ਗੱਲ ਹੈਗੀ ਆ ਕਿ ਜੋ ਮਿਹਨਤ ਬੇਟੀ ਨੇ ਸ਼ਿੱਦਤ ਦੇ ਨਾਲ ਕੀਤੀ ਹੈਗੀ ਆ, ਦੇਰ ਰਾਤ ਦੀਆਂ ਪੜ੍ਹਾਈਆਂ ਨੇ, ਅੱਜ ਨਤੀਜੇ ਜਿਹੜੇ ਹੈਗੇ ਉਹ ਸਾਫ਼ ਕਰ। ਹਾਂਜੀ ਸਰ।
ਪੂਰਾ ਮਤਲਬ ਮੇਰੀ ਆਸ ਤੋਂ ਪਰੇ ਨਤੀਜਾ ਆਇਆ। ਮੈਨੂੰ ਇੰਨੀ ਆਸ ਨਹੀਂ ਸੀ ਹੈਗੀ ਕਿਉਂਕਿ ਮੈਂ ਕਦੀ ਇਹਦੀ ਪੜ੍ਹਾਈ ਦੇ ਵਿੱਚ ਇੰਟਰਫੇਅਰ ਹੀ ਨਹੀਂ ਕੀਤਾ। ਜੋ ਪੜ੍ਹ ਲਏ ਆ ਅਤੇ ਇਹ ਬੱਚੀ ਨੂੰ ਇੱਕੋ ਗੱਲ ਸੀ ਵੀ ਬੇਟਾ ਜਿੱਥੋਂ ਤੱਕ ਪੜ੍ਹਨਾ ਪੜ੍ਹ ਲਾ ਮੈਂ ਖਰਚ ਲਾਊਂਗਾ। ਕਿਤੇ ਹੁਣ ਤੁਸੀਂ ਅੱਜ ਤੱਕ ਵੇਖਦੇ ਹੋ ਵੀ ਇੰਸਟਾਗ੍ਰਾਮ 'ਤੇ ਰੀਲਾਂ ਦੇਖਦੇ ਜੋ ਵੀ ਇਸ ਸਾਈਡ 'ਤੇ ਨੀਗਾ ਜਾਣਾ। ਮੈਂ ਆਪਣੀ ਬੇਟੀ ਨਾਲ ਹਰ ਗੱਲ ਜਿਹੜੀ ਖੁੱਲ੍ਹ ਕੇ ਕਰ ਲੈਂਦਾ, ਮਤਲਬ ਕੋਈ ਮੈਂ ਸੰਗ ਸ਼ਰਮ ਵਾਲੀ ਕਦੀ ਗੱਲ ਨਹੀਂ ਰੱਖੀ। ਚਲੋ ਮੇਰੀ ਬੱਚੀ ਵੀ ਠੀਕ ਆ, ਹੁਣ ਅੱਗੇ ਵੇਖੋ ਜਿੱਥੋਂ ਤੱਕ ਪੜ੍ਹਨਾ ਜਾਏਗੀ ਜੋ ਕਰਨਾ ਜਾਏਗੀ। ਮੈਂ ਤਾਂ ਬਸ ਇੱਕ ਖਰਚੀ ਲਾਉਣ ਵਾਲਾ ਵਾਂ, ਉਹ ਮੈਂ ਜਿੰਨਾ ਹੋਊਗਾ ਮੈਂ ਮਿਹਨਤ ਕਰਕੇ ਅਤੇ ਮੈਂ ਪੜ੍ਹਾਊਂਗਾ। ਕਹਿੰਦੇ ਕਿ ਬਾਬੇ ਬੇਟੀ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਬੜਾ ਅਹਿਮ ਹੁੰਦਾ, ਉਹਦੇ ਵਿੱਚ ਜ਼ਰੂਰੀ ਹੈਗਾ ਵਾ ਕਿ ਕਿਸੇ ਤਰ੍ਹਾਂ ਦਾ ਦਬਾਅ ਜਿਹੜਾ ਬੱਚੇ ਦੇ ਉੱਤੇ ਉਹਦੀ ਬਜਾਏ ਜੇ ਉਹਨੂੰ ਤੁਸੀਂ ਯਾਦ ਰੱਖੋ ਔਰ ਉਹ ਵੀ ਚੰਗਾ ਨਤੀਜਾ ਜਿਹੜਾ ਹੈਗਾ ਤੁਸੀਂ ਇਹ ਕਹਿਣਾ ਚਾਹੋ ਕਿ ਅੱਜ ਦਿੱਤਾ ਹੈਗਾ ਉਹਨਾਂ ਨੇ। ਹਾਂਜੀ ਬਿਲਕੁਲ ਜੀ। ਸੋਸ਼ਲ ਮੀਡੀਆ ਨਾਲ ਕਿੰਨਾ ਕੁ ਜਿਹੜਾ ਹੈਗਾ ਇਹਦਾ ਬੇਟੀ ਦਾ ਵਟਾਈ? ਬਿਲਕੁਲ ਸੋਸ਼ਲ ਮੀਡੀਆ ਨਾਲ, ਇਹਦੇ ਕੋਲ ਫੋਨ ਵੀ ਨਹੀਂ ਹੈਗਾ, ਇਹ ਸਾਡੇ ਘਰ ਦੇ ਵਿੱਚ ਇੱਕ ਹੀ ਫੋਨ ਆ, ਉਹ ਯੂਜ਼ ਕਰਦੇ ਆ। ਉਹ ਜਦੋਂ ਕਿਤੇ ਸਕੂਲ ਦਾ ਹੋਮਵਰਕ ਵਟਸਐਪ 'ਤੇ ਆਇਆ ਹੋਵੇ ਉਸ ਟਾਈਮ ਹੀ ਇਹਨੂੰ ਫੋਨ ਮਿਲਣਾ, ਅਦਰਵਾਈਜ਼ ਫੋਨ ਨਹੀਂ, ਫੋਨ ਜ਼ਿਆਦਾ ਮੇਰੇ ਕੋਲ ਹੀ ਹੁੰਦਾ ਘਰ ਦੇ ਵਿੱਚ। ਹਾਂਜੀ, ਮਾਵਾਂ ਦੀ ਡਾਂਟ ਜਿਹੜੀ ਹੈਗੀ ਹੈ ਬੱਚਿਆਂ ਨੂੰ ਬਹੁਤ ਹੁੰਦੀ ਕਿਉਂਕਿ ਮਾਵਾਂ ਨੇ ਘਰ ਸੰਭਾਲਣਾ ਹੁੰਦਾ, ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਿਵੇਂ ਸਕੂਲ ਦੇ ਵਿੱਚ ਇਸ ਸਟਾਫ ਦੀ ਜ਼ਿੰਮੇਵਾਰੀ ਹੁੰਦੀ ਸਾਰੇ ਬੱਚਿਆਂ ਨੂੰ ਸਾਂਭਣਾ, ਅਤੇ ਮਾਵਾਂ ਦੀ ਪਰਿਵਾਰ ਦੇ ਵਿੱਚ ਹੁੰਦੀ ਹੈ ਕਿ ਬੱਚਿਆਂ ਨੂੰ ਸਾਂਭਣਾ, ਤਾਂ ਕਿਤੇ ਨਾ ਕਿਤੇ ਡਾਂਟ ਜਿਹੜੀ ਆ ਉਹ ਬੱਚਿਆਂ ਨੂੰ ਪੈਂਦੀ ਰਹਿੰਦੀ ਹੈਗੀ। ਅਤੇ ਇੱਥੇ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਹੈ ਮਾਹੌਲ? ਨਹੀਂ ਇਹੋ ਜਿਹੀ ਤਾਂ ਕਦੀ ਲੋੜ ਹੀ ਨਹੀਂ ਪਈ ਸਰ, ਇੰਨੀ ਬੀਬੀ ਬੱਚੀ ਆ ਨਾ, ਕਦੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ, ਨਾ ਸਕੂਲ ਤੋਂ ਮਿਲਿਆ ਨਾ ਘਰ ਤੋਂ ਮਿਲਿਆ। ਇਹ ਆ ਵੀ ਮੈਂ ਹਮੇਸ਼ਾ ਕਹਿੰਦੀ ਹਾਂ ਬਸ ਪੜ੍ਹੋ ਪੜ੍ਹੋ ਪੜ੍ਹੋ, ਬਸ ਮੈਨੂੰ ਪੜ੍ਹਾਈ 'ਚ ਕੋਈ ਵੀ ਲਾਪਰਵਾਹੀ ਨਹੀਂ ਚਾਹੀਦੀ, ਹੋਰ ਕੋਈ ਜੋ ਮਰਜ਼ੀ ਕਰੋ, ਬਸ ਪੜ੍ਹਾਈ ਪਿੱਛੇ ਨਹੀਂ ਪਾਉਣੀ। ਮੈਂ ਬੇਟੇ ਨੂੰ ਇਹੀ ਗੱਲ ਕਹਿੰਦੀ ਹਾਂ ਵੀ ਬਸ ਖੇਡ ਮਲ ਖਾ ਜੋ ਮਰਜ਼ੀ ਖਾਓ, ਵੀ ਉਹ ਐਸ਼ ਕਰੋ ਜੋ ਮਰਜ਼ੀ ਕਰੋ, ਪਰ ਇਹ ਵੀ ਪੜ੍ਹਾਈ ਨਹੀਂ ਪਿੱਛੇ ਪਾਉਣੀ। ਪੜ੍ਹਾਈ ਜ਼ਿੰਦਗੀ ਦਾ ਅਹਿਮ ਹਿੱਸਾ ਵਾ, ਅਤੇ ਪੜ੍ਹਾਈ ਕਰਕੇ ਹੀ ਕੁਛ ਬਣਿਆ ਜਾ ਸਕਦਾ। ਅੱਜ ਕੱਲ੍ਹ ਪੜ੍ਹਾਈ ਦੀ ਬਹੁਤ ਵੈਲਿਊ ਆ, ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਟਿਊਸ਼ਨ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਪੜ੍ਹਾਈ ਦੇ ਵੀ ਵਧੇਰੇ ਬੋਝ ਜਿਹੜੇ ਹੈਗੇ ਕਈ ਬੱਚਿਆਂ ਦੇ ਉੱਤੇ ਜਿਹੜੇ ਹੈਗੇ, ਬਸਤਿਆਂ ਦਾ ਭਾਰ ਵੀ ਵੱਧ ਰਿਹਾ, ਬੜੇ ਸਾਰੇ ਤਰ੍ਹਾਂ ਦੀਆਂ ਗੱਲਾਂ ਇਹੋ ਜਿਹੀਆਂ ਆਉਂਦੀਆਂ ਹੈਗੀਆਂ। ਤੇ ਇੱਥੇ ਬੱਚਾ ਜੇਕਰ ਪੜ੍ਹਨਾ ਚਾਹੁੰਦਾ ਹੈਗਾ ਵਾ ਕਿੰਨਾ ਕੁ ਜਿਹੜਾ ਹੈਗਾ ਟਿਊਸ਼ਨ ਦਾ ਹਿੱਸਾ ਸੀਗਾ ਜਾਂ ਹੋਰ? ਨਹੀਂ ਸਰ, ਟਿਊਸ਼ਨ ਨਹੀਂ, ਬਿਲਕੁਲ ਨਹੀਂ। ਅਸੀਂ ਤਾਂ ਹੁਣ ਵੀ 11ਵੀਂ ਕਲਾਸ 'ਚ ਹੋ ਗਈ ਆ, ਤੇ ਅਸੀਂ ਆਨੇ ਟਿਊਸ਼ਨ ਰੱਖ ਲਓ, ਪਰ ਨਹੀਂ ਆਉਂਦੀ, ਮੈਂ ਆਪਣੇ ਤਰੀਕੇ ਨਾਲ ਹੀ ਪੜ੍ਹਨਾ ਵਾਂ। ਜੇ ਕੁਛ ਨਹੀਂ ਆਉਂਦਾ ਤੇ ਫੋਨ ਦੇ ਉੱਪਰੋਂ ਕੱਢ ਕੇ ਦੇਖ ਲੈਂਦੀ ਹੈ, ਜੇ ਕੋਈ ਸਮਝ ਨਹੀਂ ਆਉਂਦਾ। ਹਾਂਜੀ, ਇਹ ਤਾਂ ਪਹਿਲੀ ਗੱਲ, ਸਟਾਫ ਹੀ ਬਹੁਤ ਵਧੀਆ, ਹਰ ਇੱਕ ਚੀਜ਼ ਸਮਝ ਆਉਂਦੇ ਨੇ, ਇਹ ਕੋਈ ਲੋੜ ਨਹੀਂ ਪੈਂਦੀ ਟਿਊਸ਼ਨ ਦੀ। ਹਾਂਜੀ, ਪੜ੍ਹਾਈ ਹੀ ਬਹੁਤ ਵਧੀਆ ਸਕੂਲ ਦੀ। ਅੱਜ ਕਿਸ ਤਰ੍ਹਾਂ ਦਾ ਆਪਣੇ ਤੌਰ ਦੇ ਉੱਤੇ ਮਹਿਸੂਸ ਕਰ? ਸਰ ਬਹੁਤ ਜ਼ਿਆਦਾ ਖੁਸ਼ੀ, ਇੰਨੀ ਖੁਸ਼ੀ ਹੈ ਨਾ ਮੈਂ ਬਿਆਨ ਨਹੀਂ ਕਰ ਸਕਦੀ ਲਫ਼ਜ਼ਾਂ ਦੇ ਵਿੱਚ। ਹਾਂਜੀ, ਅੱਖਾਂ ਭਰ ਆਈਆਂ। ਹਾਂਜੀ 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 ਸਰ, ਇੱਕ ਵਾਰ ਜੀ ਤੁਹਾਡੇ ਚੈਨਲ ਰਾਹੀਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਮਹਿੰਗੇ ਮਹਿੰਗੇ ਸਕੂਲਾਂ ਦੇ ਮਗਰ ਨਾ ਭਜੋ, ਬਹੁਤ ਵਧੀਆ ਮਿਹਨਤੀ ਸਟਾਫ ਆ, ਬਹੁਤ ਵਧੀਆ ਤੁਸੀਂ ਰਿਜ਼ਲਟ ਵੇਖ ਹੀ ਰਹੇ ਹੋ ਪਿੱਛੇ। ਬਿਲਕੁਲ ਤੇ ਸਰ, ਮਤਲਬ ਮੇਰੇ ਇਲਾਕੇ ਦੇ ਜਿਹੜੇ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਇਹ ਸਕੂਲ ਦੇ ਵਿੱਚ ਹੁਣ, ਬਾਕੀ ਮਹਿੰਗੇ ਮਹਿੰਗੇ ਸਕੂਲਾਂ ਦੇ ਮਗਰ ਨਾ ਭੱਜਣ, ਬਹੁਤ ਵਧੀਆ ਸਟਾਫ ਆ, ਬਹੁਤ ਮਿਹਨਤ ਕਰਵਾਉਂਦੇ। ਬਿਲਕੁਲ, ਨਤੀਜੇ ਜਿਹੜੇ ਹੈਗੇ ਆ ਉਹ ਸਾਫ਼ ਕਰਦੇ ਆ ਕਿ ਕਿੰਨੀ ਕੁ ਮਿਹਨਤ ਸਟਾਫ ਦੀ ਤੇ ਬੱਚਿਆਂ ਦੀ ਹੈਗੀ, ਔਰ ਜ਼ਰੂਰੀ ਨਹੀਂ ਹੈ ਕਿ ਸਾਰਾ ਕੁਛ ਪ੍ਰੈਸ਼ਰ ਦੇ ਨਾਲ ਹੀ ਜਿਹੜਾ ਹੈਗਾ ਉਹ ਚੱਲਦਾ ਹੈਗਾ। ਤਾਂ ਇਹ ਕਲਾਸ ਹੈਡ ਨੇ ਕਰਮਨਪ੍ਰੀਤ ਦੇ, ਮੈਮ ਪਹਿਲਾਂ ਤਾਂ ਕਹਿੰਦੇ ਆ ਕਿ ਕਲਾਸ ਹੈਡ ਦਾ ਬਹੁਤ ਸਾਰਾ ਸਹਿਯੋਗ ਹੁੰਦਾ ਹੈਗਾ, ਅੱਜ ਦੇ ਨਤੀਜੇ ਜਦੋਂ ਆਏ ਹੈਗੇ ਤਾਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਸਰ ਪਹਿਲਾਂ ਤਾਂ ਮੈਂ ਕਰਮਨਪ੍ਰੀਤ ਦੇ ਪੇਰੈਂਟਸ ਨੂੰ ਕੰਗਰੈਚੁਲੇਸ਼ਨ ਕਹਿਣਾ ਚਾਹੁੰਦੀ ਹਾਂ, ਆਪਣੇ ਸਕੂਲ ਦੇ ਸਾਰੇ ਸਟਾਫ ਮੈਂਬਰਸ ਨੂੰ, ਬੱਚਿਆਂ ਨੂੰ ਕੰਗਰੈਚੁਲੇਟ ਕਰਨਾ ਚਾਹੁੰਦੀ ਹਾਂ। ਇਹ ਬੱਚੀ ਸਾਡੀ ਸ਼ੁਰੂ ਤੋਂ ਹੀ, ਸਾਨੂੰ ਇਹਦੇ ਤੋਂ ਬਹੁਤ ਜ਼ਿਆਦਾ ਉਮੀਦਾਂ ਸੀਗੀਆਂ ਅਤੇ ਅੱਜ ਇਹ ਸਾਡੀਆਂ ਉਮੀਦਾਂ 'ਤੇ ਖਰੀ ਉਤਰੀ ਹੈ। ਬਹੁਤ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਸਾਨੂੰ, ਮਤਲਬ ਅਸੀਂ ਆਪਣੀਆਂ ਕਲਾਸਿਸ 'ਚੋਂ ਆ ਕੇ ਅਤੇ ਇਹਨੂੰ ਬੱਚੀ ਨੂੰ ਗਲੇ ਲਗਾਇਆ ਔਰ ਬਹੁਤ ਖੁਸ਼ ਹਾਂ ਅਸੀਂ, ਬਹੁਤ ਖੁਸ਼ ਹਾਂ। ਦੂਜੇ ਬੱਚਿਆਂ ਨੂੰ ਵੀ ਸੁਨੇਹਾ, ਇੱਕ ਮੋਟੀਵੇਸ਼ਨ ਮੇਰੇ ਖਿਆਲ ਨਾਲ ਮਿਲੂਗੀ ਇਹ ਤੋਂ? ਬਿਲਕੁਲ ਸਰ, ਉਹ ਵੀ ਮਿਹਨਤ ਤੇ ਸਾਰੇ ਕਰਦੇ ਲੇਕਿਨ ਹੋਰ ਵੀ ਸ਼ਿੱਦਤ ਨਾਲ ਮਿਹਨਤ ਕਰਦੇ। ਹਾਂਜੀ ਹਾਂਜੀ, ਇਹ ਬੱਚੀ ਇੱਕ ਐਗਜ਼ਾਮਪਲ ਬਣੀ ਆ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ, ਹੈ ਨਾ।
ਤੇ ਇਹਦੇ ਤੋਂ ਬੱਚੇ ਸਿੱਖਣਗੇ ਵੀ ਬਹੁਤ ਕੁਛ, ਹੈ ਨਾ। ਅਤੇ ਮੈਨੂੰ ਲੱਗਦਾ ਆ ਕਿ ਆਉਣ ਵਾਲੇ ਬੱਚੇ ਜਿਹੜੇ ਆ ਸਾਡੀਆਂ ਆਉਣ ਵਾਲੀਆਂ ਕਲਾਸਿਸ ਆ ਉਹ ਹੋਰ ਜ਼ਿਆਦਾ ਮਿਹਨਤ ਕਰਨਗੀਆਂ ਅਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨਗੀਆਂ। ਧੰਨਵਾਦ। ਤਾਂ ਮੇਰੇ ਨਾਲ ਪ੍ਰਿੰਸੀਪਲ ਸਾਹਿਬ ਨੇ ਹੁਣ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਸੀਗੀ ਕਿ ਮਾਤਾ ਜਿਹੜੇ ਹੁੰਦੇ ਨੇ ਉਹ ਪਰਿਵਾਰ ਦੇ ਵਿੱਚ ਜਦੋਂ ਮੁਖੀ ਹੁੰਦੇ ਉਹਨਾਂ ਨੇ ਘਰ ਸੰਭਾਲਣਾ ਹੁੰਦਾ, ਇੱਦਾਂ ਹੀ ਤੁਹਾਡਾ ਵੀ ਇੱਕ ਪਰਿਵਾਰ ਇੱਕ ਘਰ ਹੈਗਾ, ਸਕੂਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਬੱਚੇ ਸਾਰੇ ਜਿਹੜੇ ਹੈਗੇ ਆ ਸਾਂਝੇ ਹੁੰਦੇ ਆ। ਅਤੇ ਅੱਜ ਦਾ ਜਿਹੜਾ ਨਤੀਜਾ ਹੈਗਾ ਵਾ ਸਕੂਲ ਦਾ ਮਾਣ ਵਧਿਆ ਹੈਗਾ, ਪਹਿਲਾਂ ਵੀ ਜਿਹੜੀਆਂ ਤਸਵੀਰਾਂ ਅਸੀਂ ਦੇਖੀਆਂ ਤੇ ਬਹੁਤ ਵਧੀਆ ਨਤੀਜੇ ਪਹਿਲਾਂ ਵੀ ਰਹੇ। ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਕਿਵੇਂ ਦਾ ਦੇਖਦੇ ਹੋ ਇਸ ਸਾਰੇ ਰਿਜ਼ਲਟ ਨੂੰ ਲੈ ਕੇ? ਦੇਖੋ ਮੈਨੂੰ ਮਾਣ ਹੈ ਇਸ ਧੀ ਤੇ ਜਿਹਨੇ ਅੰਮ੍ਰਿਤ ਸਕੂਲ ਦਾ ਹੀ ਨਹੀਂ ਬਲਕਿ ਪੂਰੇ ਅੰਮ੍ਰਿਤਸਰ ਦਾ, ਪੰਜਾਬ ਦੇ ਵਿੱਚ ਨਾਂ ਰੋਸ਼ਨ ਕੀਤਾ ਹੈ। ਇਹ ਅੱਜ ਸਾਰਾ ਹੀ ਸਟਾਫ ਸਾਡਾ ਇਹਦਾ ਬੜਾ ਕ੍ਰੈਡਿਟ ਦਿੰਦਾ ਮੈਂ ਆਪਣੇ ਮਿਹਨਤੀ ਸਟਾਫ ਨੂੰ, ਇਸ ਬੱਚੀ ਦੀ ਮਿਹਨਤ ਨੂੰ, ਇਹਦੇ ਪੇਰੈਂਟਸ ਨੇ, ਸਾਰੇ ਨੇ ਰਲ ਮਿਲ ਕੇ, ਕਿਉਂਕਿ ਇੱਕ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ, ਇਕੱਲਾ ਪ੍ਰਿੰਸੀਪਲ ਕੁਛ ਨਹੀਂ ਕਰ ਸਕਦਾ, ਇਹਦੇ ਵਿੱਚ ਸਾਰਿਆਂ ਦਾ ਹੀ ਬੜਾ ਵੱਡਾ ਯੋਗਦਾਨ ਆ। ਅਤੇ ਅੱਜ ਜਿੱਥੋਂ ਤੱਕ ਖੁਸ਼ੀਆਂ ਦਾ ਸਵਾਲ ਆ, ਉਹ ਤਾਂ ਤੁਹਾਨੂੰ ਪਤਾ ਹੈ ਕਿ ਕਿੰਨੀ ਖੁਸ਼ੀ ਹੋ ਸਕਦੀ ਹੈ ਇੱਕ ਪ੍ਰਿੰਸੀਪਲ ਨੂੰ ਇਸ ਮੌਕੇ 'ਤੇ। ਬਿਲਕੁਲ, ਉਹਦੇ ਆਉਂਦੇ ਅਸੀਂ ਦੇਖ ਰਹੇ ਹਾਂ। ਪਹਿਲਾਂ ਤਾਂ ਰਿਜ਼ਲਟ ਦਾ ਕਿਵੇਂ ਪਤਾ ਲੱਗਾ ਤੁਹਾਨੂੰ? ਰਿਜ਼ਲਟ ਤਾਂ ਨਿਊਜ਼, ਮੈਨੂੰ ਲੱਗਦਾ ਤੁਹਾਡੇ ਚੈਨਲ ਵਾਲੇ ਤੁਸੀਂ ਫੋਨ ਕੀਤਾ ਸੀ। ਬਿਲਕੁਲ, ਨਿਊਜ਼ 18 ਤੋਂ ਕਾਲ, ਸਭ ਤੋਂ ਪਹਿਲੀ ਕਾਲ ਜਿਹੜੀ ਹੈ ਨਿਊਜ਼ 18 ਤੋਂ ਆਈ ਹੈ। ਠੀਕ ਹੈ। ਅਤੇ ਮੈਨੂੰ ਦੱਸਿਆ ਗਿਆ ਅਤੇ ਮੈਂ ਬਾਰ ਬਾਰ ਪੁੱਛਿਆ ਕਿੱਦਾਂ ਕਿਵੇਂ ਰਿਜ਼ਲਟ ਆ ਪੰਜਾਬ 'ਚੋਂ, ਚੰਗੀ ਤਰ੍ਹਾਂ ਪਤਾ ਲੱਗ ਜਾਏ, ਕਿਉਂਕਿ ਇੱਕ ਵਾਰੀ ਯਕੀਨ ਨਹੀਂ ਦਿਲ ਨੂੰ ਹੁੰਦਾ ਵੀ ਚੰਗੀ ਤਰ੍ਹਾਂ ਸੁਣ ਲਿਆ ਜਾਵੇ। ਤੁਸੀਂ ਕਿਹਾ ਠੀਕ, ਪੰਜਾਬ ਦੇ ਵਿੱਚੋਂ ਪੋਜੀਸ਼ਨ ਆਈ ਹੈ ਤੁਹਾਡੀ ਬੇਟੀ ਦੀ, ਫਿਰ ਸਮਝ ਲਓ ਵੀ ਉਸ ਵੇਲੇ ਤੇ ਕਦਮ ਜ਼ਮੀਨ ਤੋਂ ਉੱਪਰ ਹੋ ਗਏ। ਬਿਲਕੁਲ, ਇਹ ਹੁੰਦਾ ਵਾ ਕਿ ਜਦੋਂ ਇੰਨੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਤੇ ਨਤੀਜਿਆਂ ਦੀ ਆਸ ਜਿੰਨੀ ਕੁ ਮਾਪਿਆਂ ਨੂੰ ਹੁੰਦੀ ਆ, ਉਸ ਤੋਂ ਵੱਧ ਸਕੂਲ ਨੂੰ ਵੀ ਹੁੰਦੀ ਆ ਕਿ ਸਾਡੀ ਜਿਹੜੀ ਪਰਫਾਰਮੈਂਸ ਹੈ। ਆਸ ਬਹੁਤ ਸੀ ਤੇ ਪਰ ਸਾਡੀ ਆਸ ਤੋਂ ਵੀ ਮੈਂ ਕਹਿੰਦਾ ਕਿ ਉੱਪਰ ਰਿਜ਼ਲਟ ਆਇਆ ਹੈ। ਸਾਨੂੰ ਆਸ ਸੀਗੀ ਮੈਰਿਟ ਆ, ਜੇ ਸਾਡੇ ਰਿਜ਼ਲਟ ਆਉਣਾ ਹੈ, ਮੈਰਿਟ ਸਾਡੀਆਂ ਪੋਜੀਸ਼ਨ ਆਉਣੀਆਂ ਨੇ, ਹਰ ਵਾਰੀ ਆਉਂਦੀਆਂ ਨੇ। ਤੁਸੀਂ ਦੇਖਿਆ ਹੈ ਪਿਛਲੇ ਸਾਲ 20 ਮੈਰਿਟ ਪੋਜੀਸ਼ਨਸ ਜਿਹੜੀਆਂ ਆਈਆਂ ਸੀ ਤੇ ਇਸ ਵਾਰ ਫਿਰ ਜ਼ਰੂਰ ਆਉਣਗੀਆਂ, ਪਰ ਇਹ ਤੇ ਪੰਜਾਬ ਦੇ ਵਿੱਚੋਂ ਪੋਜੀਸ਼ਨ ਜਿਹੜੀ ਆ ਇਹ ਤੇ ਵਾਕਈ ਕਮਾਲ ਆ। ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਇਸ ਖਾਸ ਦੇਣ ਦੇ ਲਈ, ਔਰ ਸ਼ੁਕਰੀਆ ਤੁਹਾਡਾ ਜਿਹੜਾ ਸਮਾਂ ਦੇਣ ਦੇ ਲਈ। ਤਾਂ ਇਹ ਕਹਿ ਸਕਦੇ ਹਾਂ ਕਿ ਕਰਮਨਪ੍ਰੀਤ ਦੇ ਪਰਿਵਾਰਕ ਮੈਂਬਰ, ਸਕੂਲ ਸਟਾਫ ਮੈਂਬਰ ਜਿਹੜੇ ਉਹ ਮੌਜੂਦ ਨੇ। ਪਹਿਲਾਂ ਜਿਹੜਾ ਹੈਗਾ ਨਤੀਜਾ ਪੰਜਾਬ ਭਰ ਦੇ ਵਿੱਚ ਤੀਜਾ ਮੁਕਾਮ ਹਾਸਲ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ, ਔਰ ਇਸ ਬੱਚੀ ਦਾ ਆਪਣੇ ਇੱਕ ਸੁਪਨਾ ਹੈਗਾ ਕਿ ਮੈਂ ਇੱਕ ਸਮੇਂ ਦੇ ਉੱਤੇ ਚੰਗਾ ਮੁਕਾਮ ਹਾਸਲ ਕਰਾਂ, ਇੱਕ ਚੰਗੀ ਪੁਲਿਸ ਅਫਸਰ ਬਣਾ ਔਰ ਲੋਕਾਂ ਦੀ ਸੇਵਾ ਕਰਾਂ।